ਹਾਂਜੀ ਤੇ ਵੈਲਕਮ ਬੈਕ ਇੱਕ ਵਾਰ ਫਿਰ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਇਟਲੀ ਦੀ ਐਮਬੈਸੀ ਦੇ ਬਾਰੇ ਵਿੱਚ ਕੁਝ ਗੁੱਡ ਨਿਊਜ਼ਾਂ ਆਈਆਂ ਨੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਤੱਕਿਓ ਤੁਹਾਡਾ ਕੋਈ ਵੀ ਸਵਾਲ ਇਟਲੀ ਦੀ ਐਮਬੈਸੀ ਦੇ ਰਿਲੇਟਡ ਹੈ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛਿਓ ਤੇ ਜਿਹੜੇ ਵੀਰ ਨਵੇਂ ਨੇ ਉਹਨਾਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂਗੇ ਰਿਕਵੈਸਟ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦੇ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜੋ ਦੁਨੀਆ ਸੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਤੁਹਾਨੂੰ ਮਿਲ ਜੇ ਹਾਂਜੀ ਜੀ ਇਟਲੀ ਦੀ ਜਿਹੜੀ ਐਮਬੈਸੀ ਉਹਨੇ ਜਿੰਨੇ ਵੀ ਲੌਂਗ ਟਰਮ ਵੀਜ਼ੇ ਸਨ ਆ 5 ਸਾਲਾਂ ਵਾਲੇ ਵੀਜ਼ੇ ਜਿਹੜੇ ਸਨ ਉਹਨਾਂ ਤੇ ਵੀ ਕੰਮ ਕਰਨਾ ਸ਼ੁਰੂ ਕਰ ਛੇ ਰਿਹਾ ਹੋਵੇ ਤੇ ਜਿਹੜੇ ਪੈਂਡਿੰਗ ਵੀਜ਼ੇ ਸਨ ਉਹਨਾਂ ਦੇ ਜਿਨ੍ਹਾਂ ਦੇ ਇੰਟਰਵਿਊ ਡੇਟ ਦਿੱਤੀ ਸੀ ਬਟ ਅਨਫੋਰਚਨਟਲੀ ਆ 크리스마ਸ ਤੇ ਨਿਊ ਇਅਰ ਦੀਆਂ ਛੁੱਟੀਆਂ ਕਰਕੇ ਤੇ ਉੰਜ ਵੀ ਓਮੀਕਰੋਨ ਕਰਕੇ ਜਿਹੜੀਆਂ ਅਪਾਇੰਟਮੈਂਟਾਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਸਨ ਉਨਨ ਨੂੰ ਵੀ ਦੁਬਾਰਾ ਅਪਰੂਵਲ ਦੇ ਕੇ ਤੇ ਫਿਰ ਅਗੂ ਜਰੀ ਨਵੀਂ ਡੇਟ ਉਹ ਦਿੱਤੀ ਉਹ ਤੇ ਨਵੀਂ ਡੇਟ ਜਰੀ ਦਿੱਤੀ ਉਹ ਬਿਲਕੁਲ ਕਨਫਰਮ ਦਿੱਤੀ ਹੈ ਤੇ ਜਿੰਨਾ ਵੀਰਾਂ ਨੇ ਵੀ ਜੂਨ 2021 ਤੋਂ ਲੈ ਕੇ ਦਸੰਬਰ 2021 ਦੇ ਵਿੱਚ ਵੀਜ਼ਾ ਅਪਲਾਈ ਕੀਤਾ ਸੀ ਕਿਸੇ ਵੀ ਕੈਟਾਗਰੀ ਦਾ ਉਹ ਦੁਬਾਰਾ ਜਿਹੜੀ ਇਟਲੀ ਦੀ ਐਮਬੈਸੀ ਉਹਨੂੰ ਮੇਲ ਕਰਕੇ ਤੇ ਆਪਣੀ ਜਿਹੜੀ ਨਵੀਂ ਅਪਾਇੰਟਮੈਂਟ ਉਹਨੂੰ ਕਨਫਰਮ ਕਰ ਸਕਦੇ ਨੇ ਮੈਂ ਇੱਕ ਵਾਰੀ ਫੇਰ ਰਿਪੀਟ ਕਰਨਾ ਜਿੰਨਾ ਵੀਰਾਂ 2021 ਦੇ ਵਿੱਚ ਲਾਸਟ ਈਅਰ ਜੂਨ ਦੇ ਮਹੀਨੇ ਤੋਂ ਲੈ ਕੇ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਵਿੱਚ ਵੀਜ਼ਾ ਅਪਲਾਈ ਕੀਤਾ ਸੀ ਚਾਹੇ ਕਿਸੇ ਵੀ ਕੈਟਾਗਰੀ ਦਾ ਸੀ ਟੂਰਿਸਟ ਵੀਜ਼ਾ ਸੀ ਬਿਜ਼ਨਸ ਵੀਜ਼ਾ ਸੀ ਜਾਂ ਫਿਰ ਸਟੱਡੀ ਵੀਜ਼ਾ ਸੀ ਉਹ ਜਿਹੜੀ ਇਟਲੀ ਦੀ ਆਫੀਸ਼ਲ ਮੇਲ ਐ ਅੰਬੈਸੀ ਦੀ ਉਹਨੂੰ ਮੇਲ ਕਰਕੇ ਤੇ ਆਪਣੀ ਜਿਹੜੀ ਅਪੁਆਇੰਟਮੈਂਟ ਐ ਉਹਨੂੰ ਦੁਬਾਰਾ ਤੋਂ ਫਿਕਸ ਕਰ ਸਕਦੇ ਨੇ ਤੇ ਜਿਹੜੀ ਮੇਲ ਐ ਉਹ ਤੁਹਾਨੂੰ ਉਹਨਾਂ ਦੀ ਆਫੀਸ਼ਲ ਵੈਬਸਾਈਟ ਤੋਂ ਲੱਭ ਜਾਵੇਗੀ ਤੇ ਕਿਉਂਕਿ ਜੇ ਤੁਸੀਂ ਇੰਡੀਆ ਤੋਂ ਤਾਂ ਫਿਰ ਇੰਡੀਅਨ ਜਿਹੜੀ ਐਮਬੈਸੀ ਦਿੱਲੀ ਦੇ ਵਿੱਚ ਉਹਨੂੰ ਮੇਲ ਕਰਨੀ ਪਏਗੀ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਤਾਂ ਫਿਰ ਇਸਲਾਮਾਬਾਦ ਦੇ ਵਿੱਚ ਜਿਹੜੀ ਐਮਬੈਸੀ ਹੈ ਉਹਨੂੰ ਮੇਲ ਕਰਨੀ ਪਵੇਗੀ ਤੇ ਗੁੱਡ ਨਿਊਜ਼ ਇਹ ਹੈ ਵੀ ਕਿ ਹਰ ਕੈਟਾਗਰੀ ਦੇ ਵੀਜ਼ਾ ਦੇ ਉੱਤੇ ਜਿਹੜਾ ਪ੍ਰੋਸੀਜ ਉਹ ਸ਼ੁਰੂ ਹੋ ਗਿਆ ਇਟਲੀ ਐਮਬੈਸੀ ਵੱਲੋਂ